ਲਿਡੈਂਡ ਗੇਲ ਰੋਡ ਵਿਖੇ ਆਰਾਸ਼ੀ ਐਮ ਏ ਇੰਡੀਆ ਐਸੋਸੀਏਸ਼ਨ ਦੇ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿੱਚ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਮਨਪ੍ਰਿਤ ਕੌਰ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਅਤੇ ਪ੍ਰਦੀਪ yogi ਨੂੰ ਐਸੋਸੀਏਸ਼ਨ ਦਾ ਜਨਰਲ ਸਕੱਤਰ ਚੁਣਿਆ ਗਿਆ। ਪਤਿਕਾਣ ਗੱਲਬਾਤਕਾਰ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਡੀ ਐਸੋਸੀਏਸ਼ਨ ਹਮੇਸ਼ਾ ਇਸ ਸਪੋਰਟਸ ਦੇ ਕਿਡਾਰੀਆਂ ਲਈ ਕੋਈ ਨਾ ਕੋਈ ਉਪਰਾਲਾ ਕਰਦੀ ਰਹਿੰਦੀ ਹੈ ਤਾਂ ਜੋ ਯੂਥ ਨੂੰ ਸਹੀ ਮੁਕਾਮ ਮਿਲ ਸਕੇ। ਉਹਨਾਂ ਦੱਸੇ ਕਿ ਆਉਣ ਵਾਲੇ ਸਮੇਂ ਵਿੱਚ ਆਰਾਸ਼ੀ MMA India Association ਦੇ ਵੱਲੋਂ ਨੈਸ਼ਨਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜਿਸ ਵਿੱਚ ਯੂਥ ਵੱ ਚੜ ਕੇ ਹਿੱਸਾ ਲਵੇਗਾ 7 in 13 India ਦੇ ਲਈ ਬਿਊਰੋ ਰਿਪੋਰਟ ਥੈਂਕ ਯੂ so much ਅੱਜ ਦੀ 17 ਮਾਰਚ 2023 ਨੂੰ ਇੱਥੇ ਸਾਰੇ ਸਾਡੀ ਜੋ ਆਰਸ਼ੀ ਫਾਊਂਡੇਸ਼ਨ ਆ ਐ ਅਸੋਸੀਏਸ਼ਨ ਦੇ ਅੰਡਰ ਚ ਅਸੀਂ ਮੀਟਿੰਗ ਰੱਖੀ ਸੀ 12 ਮੈਂਬਰਾਂ ਦੀ ਮੀਟਿੰਗ ਇੱਥੇ ਹੋਈ ਆ ਜਿਹਦੇ ਵਿੱਚ ਅਸੀਂ ਕੁਝ ਆਪਣੀ ਅਸੋਸੀਏਸ਼ਨ ਨੂੰ ਅੱਗੇ ਵਧਾਉਣ ਲਈ ਫੈਸਲੇ ਲਏ ਆ ਕੁਝ ਜਾਂ ਜੋ ਜੋ ਕਮੀਆਂ ਨੇ ਉਹਨਾਂ ਨੂੰ ਕਿੱਦਾਂ ਪੂਰਾ ਕੀਤਾ ਜਾਵੇ ਅਗਲੇ ਮੈਚ ਕਿੱਥੇ ਕਰਵਾਏ ਜਾਣ ਇਹ ਸਾਰੀ ਚੀਜ਼ ਅੱਜ ਦੀ ਮੀਟਿੰਗ ਦੇ ਵਿੱਚ ਕਲੀਅਰ ਕੀਤੀ ਗਈ ਆ ਕਿ ਇਸ ਤਰ੍ਹਾਂ ਤੁਹਾਡੇ ਜਿਹੜੀ ਅਸੋਸੀਏਸ਼ਨ ਨੂੰ ਕੰਮ ਕਿਤੇ ਜਾ ਰਹੇ ਨੇ ਜਿਸ ਪਰਪਰ ਨੂੰ ਲੈ ਕੇ ਤੁਸੀਂ ਅਸੋਸੀਏਸ਼ਨ ਬਣਾਈ ਆ ਇਹ ਕਿਸ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਸਾਡੀ ਐਸੋਸੀਏਸ਼ਨ ਜੋ ਆ ਉਹ ਸਪੋਰਟਸ ਦੇ ਨਾਲ ਰਿਲੇਟਡ ਆ ਅਸੀਂ ਬਹੁਤ ਸਾਰੀਆਂ ਸਟੇਟਸ ਦੇ ਨਾਲ ਜੁੜ ਚੁੱਕੇ ਆ ਮਿਸਟਰ ਪ੍ਰਦੀਪ ਜੀ ਦੀ ਵਜ੍ਹਾ ਦੇ ਨਾਲ ਇਹ ਫਾਊਂਡੇਸ਼ਨ ਜੋ ਵੀ ਫਾਊਂਡੇਸ਼ਨ ਚੱਲ ਰਹੀ ਆ ਜਾਂ ਐਸੋਸੀਏਸ਼ਨ ਚਲਾ ਰਹੇ ਨੇ ਉਹ ਉਹ ਕਾਫੀ ਹੱਦ ਤੱਕ ਇਹਨਾਂ ਦੇ ਹਾਰਡ ਵਰਕ ਨਾਲ ਉੱਪਰ ਆ ਚੁੱਕੀ ਆ ਅਸੀਂ ਇਹਨੂੰ ਇੱਕ ਇੱਕ ਹੋਰ ਮੁਕਾਮ ਦੇਣਾ ਚਾਹੁੰਦੇ ਆ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਤਾਂ ਜੋ ਜਿਹੜੇ ਬੱਚੇ ਕਿਸੇ ਰੀਜ਼ਨ ਵਾਇ ਜਾਂ ਜਗ੍ਹਾ ਦੀ ਜਾਂ ਡ्रेसेस ਦੀ وجہ ਦੇ ਨਾਲ ਜਾਂ ਫਿਰ ਮੰਨ ਲਓ ਫੀਸਾਂ ਨਹੀਂ ਦੇ ਪਾਉਂਦੇ ਕਿਸੇ ਵੀ وجہ ਦੇ ਨਾਲ ਡਿਸਰਵ ਕਰਦੇ ਨੇ ਪਰ ਖੇਡ ਨਹੀਂ ਪਾਉਂਦੇ ਅਸੀਂ ਉਹਨਾਂ ਬੱਚਿਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਮੇਨ ਮੋਟਿਵ ਇਹੀ ਆ ਮੇਰਾ ਨਾਮ ਪ੍ਰਦੀਪ ਯੋਗੀ ਔਰ ਮੈਂ ਜਨਨ ਸਕੱਤਰ ਹਾਂ ਅਰਸ਼ੀਆ ਐਮ ਐਮ ਫੈਡਰੇਸ਼ਨ ਇੰਡੀਆ ਦਾ ਅੱਜ ਜੀ ਸਾਡੀ ਜਿਹੜੀ ਮੀਟਿੰਗ ਸੀ ਉਹਨਾਂ ਵਿੱਚ ਅਸੀਂ ਆਪਣੇ ਇੱਕ ਪ੍ਰਧਾਨ ਜੀ ਚੁਣਿਆ ਸੀ ਮੈਡਮ ਮਨਪ੍ਰੀਤ ਕੌਰ ਜੀ ਤੇ ਨੈਕਸਟ ਅਸੀਂ ਇੱਕ ਨੈਸ਼ਨਲ ਚੈਂਪੀਅਨਸ਼ਿਪ ਆਰਗੇਨਾਈਜ਼ ਕਰ ਰਹੇ ਹਾਂ ਇੱਥੇ ਔਰ ਬਹੁਤ ਜਲਦ ਅਸੀਂ ਇੱਕ ਟੀਮ ਲੈ ਕੇ ਇੱਕ ਪਾਕਿਸਤਾਨ ਸਾਡਾ ਇੱਕ ਏਸ਼ੀਆ ਕੱਪ ਹੋ ਰਿਹਾ ਅਸੀਂ ਉਹਨਾਂ ਵਿੱਚ ਬੱਚਿਆਂ ਦੀ ਸਿਲੈਕਸ਼ਨ ਕਰਕੇ ਉੱਥੇ ਉਹਨਾਂ ਨੂੰ ਲੈ ਕੇ ਜਾਣ ਦੀ ਤਿਆਰੀ ਕਰ ਰਹੇ ਹਾਂ ਸਰ ਯੂਥ ਨੂੰ ਕੀ ਮੈਸੇਜ ਜਾਂਦੇ ਕਈ ਯੂਥ ਜਿਹੜਾ ਨਸ਼ੇਵਨ ਨੂੰ ਜਾ ਰਿਹਾ ਤੁਸੀਂ ਜਿਵੇਂ ਸਪੋਰਟਸ ਨਾਲ ਰਿਲੇਟਡ ਹੋ ਬੱਚੜੇ ਨਹੀਂ ਨਸ਼ੇੜ ਜਾਂਦੇ ਬੱਚਿਆਂ ਨੂੰ ਇਹੀ ਮੈਸੇਜ ਹੈ ਕਿ ਵਾਤਵਾਰ ਸਪੋਰਟਸ ਦੇ ਨਾਲ ਉਹ ਜੁੜਨ ਤੇ ਜਿੰਨੇ ਵੀ ਬੱਚੇ ਅੱਜ ਕੱਲ ਦੇ ਨੇ ਉਹ ਨਸ਼ੇ ਪੱਤੇ ਚ ਬਹੁਤ ਜ਼ਿਆਦਾ ਪੈ ਚੁੱਕੇ ਆ ਤੇ ਉਹਨਾਂ ਕਾਰਨ ਉਹ ਨਾ ਤਾਂ ਆਪਣੇ ਸਰੀਰ ਦੀ ਸੰ ਤੇ ਨਾ ਹੀ ਉਹਨਾਂ ਦਾ ਕਿਸੇ ਖੇਡ ਵਾਲ ਨੂੰ ਜਾਣ ਹੁੰਦਾ ਤੇ ਜੇ ਬੱਚੇ ਖੇਡਾਂ ਵੱਲ ਜੁੜਨ ਸਕੂਲ ਵਾਲੇ ਵੀ ਖੇਡਾਂ ਵੱਲ ਉਹਨਾਂ ਨੂੰ ਜੋੜਨ ਦੇ ਲਈ ਪੂਰੀ ਕੋਸ਼ਿਸ਼ ਕਰਨ ਤੇ ਪੇਰੈਂਟਸ ਵੀ ਸਾਥ ਦੇਣ ਤਾਂ ਬੱਚੇ ਜਿਹੜੇ ਨੇ ਉਹ ਅੱਗੇ ਆਪਣਾ ਭਵਿੱਖ ਸੁਨਹਿਰੀ ਬਣਾ ਸਕਦੇ ਆ